जीरा शराब फैक्ट्री नूं बंद करवाउण दे लई प्रदर्शनकारी ने जिहड़े पिंड वासी ने लगातार रोस प्रदर्शन कर रहे ने अते जिहड़ा धरना ओह उसे तरीके दे नाल जारी आ पर पुलिस दे वल्लों दी इह धरना चकवाउण दीआं कोशिशां कीतीआं जा रहीआं ने। हुण पिंड वासीआं दे वल्लों दी इक वड्डा खुलासा कीता गिआ। पिंड वासीआं ने इह गल आखी है कि मनसूरवाल पिंड है जिहड़ा जिथे कि इह फैक्ट्री स्थित है उस पिंड दे सरपंच दे बेटे नूं गिरफ्तार करन दे लई कुछ पुलिस वाले सिविल दे विच इहनां दे घरे आए सी, भाव कि सरपंच दे घरे आए सी, जिथे कि पिंड वासी दे वल्लों वड्डा इकट्ठ कर लिया गया ते गिरफ्तारी रोक दी गई, जिस तों बाद कि जिहड़े इह पुलिस वाले ने उह वापस चले गए ने। इस मौके ते सरपंच दे घर खड़ के ही पिंड वासियां दे वल्लों हुण प्रशासन नूं वड्डी चेतावनी दित्ती गई आ। उन्हां ने इह गल आखी है कि असीं 100 तों 200 करीब बंदा है जिहड़ा उह हर वक्त सरपंच दे घरे ही हुंदे आ, सो कोई भी अजिही हरकत करन दी जरूरत नहीं है जिस दे नाल कि माहौल है जिहड़ा उह तनावपूर्ण बणे। की कहणा पिंड वासियां दा ते की है सारा मामला, आओ जाणदे आ। ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਬੇਨਤੀ ਸਾਂਝੇ ਮੋਰਚੇ ਨੂੰ ਅਸੀਂ ਕਰ ਰਹੇ ਆ, ਇਹ ਜਿਹੜੀ ਸਾਡੀ ਆਵਾਜ਼ ਆ, ਇਹ ਸਰਦਾਰ ਗੁਰਮੇਲ ਸਿੰਘ ਸਰਪੰਚ ਦੇ ਜੋ ਘਰ ਦੇ ਵਿੱਚ ਇਸ ਟਾਈਮ ਅਸੀਂ ਖੜੇ ਆ, ਇਹ ਜੋ ਪ੍ਰਸ਼ਾਸਨ ਇੱਥੇ ਸਰਦਾਰ ਗੁਰਮੇਲ ਸਿੰਘ ਦੇ ਸਪੁੱਤਰ ਨੂੰ ਛੋਟੇ ਨੂੰ ਇੱਥੇ ਗ੍ਰਿਫਤਾਰ ਕਰਨ ਪੁਲਿਸ ਆ ਗਈ ਸੀ, ਪਰ ਅਸੀਂ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੇ ਆ ਕਿ ਜੋ ਆ ਸਾਡਾ ਸਾਰਾ ਪਿੰਡ ਆ ਇਹ ਰਾਤ ਨੂੰ ਸਰਦਾਰ ਗੁਰਮੇਲ ਸਿੰਘ ਸਰਪੰਚ ਦੇ ਘਰੇ ਹੀ ਸੁੱਤਾ ਹੁੰਦਾ। ਜੇ ਪ੍ਰਸ਼ਾਸਨ ਚਾਹੁੰਦਾ ਵੀ ਤੁਹਾਨੂੰ ਉਹ ਕੱਲੇ ਹੋਣਗੇ, ਸਾਨੂੰ ਪਹਿਲਾਂ ਹੀ ਪਤਾ, ਸਾਡਾ ਐਡਾ ਕੋ ਪ੍ਰਬੰਧ ਕੀਤਾ ਹੋਇਆ ਵੀ ਸਾਡਾ ਜਿਹੜਾ 100-200 ਬੰਦਾ ਪ੍ਰਸ਼ਾਸਨ ਦੇ ਪਹਿਲਾਂ ਹੀ ਅਸੀਂ ਨਿਗਾਹ ਦੇ ਵਿੱਚ ਆ, ਤੇ ਤਾਂ ਕਿ ਸਰਦਾਰ ਗੁਰਮੇਲ ਸਿੰਘ ਸਰਪੰਚ ਦੇ ਘਰੇ ਹੁੰਨੇ ਆ, ਜੇ ਉਹਨਾਂ ਨੇ ਆਉਣਾ ਦੱਸ ਕੇ ਆਉਣ। ਅੱਜ ਅਸੀਂ ਜੋ ਥੋੜਾ ਜਿਹਾ ਇੰਨੀ ਢਿੱਲ ਦੇਤੀ ਆ ਵੀ ਬੰਦੇ ਆਏ ਸੀਗੇ ਸਿਵਲ ਵਰਦੀ ਦੇ ਵਿੱਚ, ਸਾਡੇ ਕੁਛ ਬੰਦੇ ਕਹਿੰਦੇ ਸੀ ਵੀ ਇਹਨਾਂ ਨੂੰ ਆਪਾਂ ਬੰਨਣਗੇ, ਅਸੀਂ ਫੇਰ ਵੀ ਕਿਹਾ ਵੀ ਨਹੀਂ ਆਪਾਂ ਕਾਨੂੰਨ ਹੱਥ ਦੇ ਵਿੱਚ ਨਹੀਂ ਲੈਣਾ, ਇਸ ਕਰਕੇ ਅਸੀਂ ਦੱਸਦੇ ਆ ਵੀ ਜੇ ਕਿਸੇ ਨੇ ਆਉਣਾ ਤੇ ਸਾਨੂੰ ਦੱਸ ਕੇ ਆਵੇ, ਅਸੀਂ 100-200 ਬੰਦਾ ਸਰਦਾਰ ਗੁਰਮੇਲ ਸਿੰਘ ਸਰਪੰਚ ਦੇ ਘਰੇ ਹੀ ਸੁੱਤੇ ਹੁੰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਐਸਐਮਐਲ ਸ਼ੁਰੂ ਕਰੇ ਦਾ ਟਾਈਮ ਆ, ਰਾਤ ਦੀ ਲੈਟ ਇਹਨਾਂ ਨੇ ਕੱਟੀ ਹੋਈ ਆ ਤਾਂ ਕਿ ਕਿਸੇ ਨੂੰ ਪਤਾ ਨਾ ਲੱਗ ਸਕੇ ਵੀ ਕੌਣ ਆਇਆ ਪਿੰਡ ਦੇ ਵਿੱਚ। ਅਸੀਂ ਇਹ ਸਰਕਾਰ ਦੀ ਨਿਖੇਧੀ ਕਰਦੇ ਹਾਂ, ਭਗਵੰਤ ਮਾਨ ਸਰਕਾਰ।